पंजाब दियां लेडी हेल्थ वर्करां अपने मुतालबे लैके एक बारी फिर पंजाब असेंबली दे सामने धरना दे के बैठ गईयां ने। इन्हां बीबियां दी मंग है कि इन्हां नूं सर्विस स्ट्रक्चर समेत उह सारियां सहूलतां दित्तियां जाण जिहड़ियां किसी भी सरकारी अहलकार नूं हासिल हुंदियां ने। ਨਾ ਸਾਡੇ ਬਕਾਇਆ ਜਾ ਦੇ ਰਹੇ ਨੇ, ਨਾ ਸਾਨੂੰ ਸਰਵਿਸ ਸਟਰਕਚਰ ਦੇ ਰਹੇ ਨੇ, ਤੇ ਸਾਡੇ ਤੇ ਕੰਮ ਦਾ ਬੋਝ ਇੰਨਾ ਇਹਨਾਂ ਨੇ ਪਾਇਆ ਹੈ ਨਾ ਕਿ ਇੰਨਾ ਕੰਮ ਹੈ ਕਿ ਅਸੀਂ ਇਹਨਾਂ ਦੇ ਮੁਤਾਲਬੇ ਮੰਨ ਜਾਂਦੇ ਨੇ। ਸਾਨੂੰ ਇਹ ਫੋਨ ਕਰਦੇ ਨੇ ਇਹ ਕੰਮ ਕਰਨਾ, ਇਹ ਕੰਮ ਕਰਨਾ, ਇੱਕ ਦਿਨ ਦੇ ਵਿੱਚ ਇਹਨਾਂ ਨੂੰ ਸਾਰਾ ਅਸੀਂ ਕੰਮ ਕਰੀਏ। ਪਹਿਲੇ ਸਾਨੂੰ ਕਹਿੰਦੇ ਸੀ ਨਾ 1.5 ਲੱਖ ਰੁਪਇਆ ਇੱਕ ਵਰਕਰ ਨੂੰ ਮਿਲੇਗਾ, ਹੁਣ ਉਹ ਕੱਟ ਹੋ ਗਏ 85,000 ਦੇ ਆ ਗਿਆ। ਅੱਛਾ ਫਿਰ ਕਹਿੰਦੇ ਨੇ ਉਹਦੀਆਂ ਵੀ ਕਿਸ਼ਤਾਂ ਬਣਨਗੀਆਂ ਕਿ ਅਸੀਂ ਇਹਨਾਂ ਕੋਲ ਭੀਖ ਮੰਗ ਰਹੇ ਹਾਂ, ਅਸੀਂ ਆਪਣਾ ਹੱਕ ਲੈ ਰਹੇ ਹਾਂ। ਉਹ ਸਾਡੀ ਕਦਰ ਕਰਨ, ਅਸੀਂ ਪੂਰਾ ਮੁਲਕ ਸੰਭਾਲਿਆ ਹੋਇਆ ਹੈ, ਕਿਹੜਾ ਕੰਮ ਹੈ ਜਿਹੜਾ ਵਰਕਰ ਨਹੀਂ ਕਰਦੀ? ਕੋਈ ਕੰਮ ਤਾਂ ਦੱਸੇ। ਪੋਲੀਓ ਦਾ ਕੰਮ ਹੋਵੇ, ਟੀਬੀ ਦਾ ਕੰਮ ਹੋਵੇ, ਡਿਲੀਵਰੀ ਦਾ ਕੰਮ ਹੋਵੇ, ਡੇਂਗੀ ਦਾ ਕੰਮ ਹੋਵੇ, ਸਾਡੇ ਬਗੈਰ ਨਾ ਮੁਕੰਮਲ ਹੈਗਾ, ਫਿਰ ਵੀ ਇਹਨਾਂ ਨੂੰ ਸਾਡੀ ਕਦਰ ਨਹੀਂ ਹੈਗੀ। ਉਹ ਸਾਡੇ ਅਸੀਂ ਕੋਈ ਜਾਇਜ਼ ਮੁਤਾਬ ਬਾਤ ਨਹੀਂ ਮੰਗ ਰਹੇ, ਜਿਹੜਾ ਸਾਡਾ ਹੱਕ ਹੈ ਉਹੀ ਮੰਗ ਰਹੇ ਨੇ। ਤੁਸੀਂ ਦਵੋ, ਸਾਨੂੰ ਬੈਠਣ ਦੀ ਲੋੜ ਹੀ ਨਹੀਂ ਹੈਗੀ, ਅਸੀਂ ਜਾਈਏ ਆਪਣੇ ਘਰ। ਲੇਡੀ ਹੈਲਥ ਵਰਕਰਾਂ ਦਾ ਇਹ ਪਹਿਲਾ ਇਤਜਾਜ ਨਹੀਂ, ਬਲਕਿ ਇਹ ਬੀਬੀਆਂ ਇਸ ਤੋਂ ਪਹਿਲੇ ਵੀ ਆਪਣੇ ਮੁਤਾਲਬੇ ਲੈ ਕੇ ਇੱਥੇ ਆ ਚੁੱਕੀਆਂ ਨੇ, ਪਰ ਸਾਡੀ ਅਫਸਰਸ਼ਾਹੀ ਅਤੇ ਸਿਆਸੀ ਸ਼ੋਭ ਦੇ ਬਾਜ਼ਾਂ ਨੇ ਇਹਨਾਂ ਨੂੰ ਜਿਵੇਂ ਕਿਵੇਂ ਤਸੱਲੀਆਂ ਦੇ ਕੇ ਟੋਰ ਦਿੱਤਾ ਸੀ। ਪਰ ਇਸ ਵਾਰੀ ਇਹਨਾਂ ਦਾ ਕਹਿਣਾ ਹੈ ਕਿ ਆਪਣਾ ਹੱਕ ਲੈ ਕੇ ਹੀ ਜਾਣਾ ਹੈ। ਸਾਡਾ ਬਕਾਇਆ ਜਾਤ ਪਰਮਾਨੈਂਟ ਔਰ ਸਰਵਿਸ ਸਟਰਕਚਰ ਦਾ ਮਸਲਾ ਹੈ। ਝੂਠੇ ਬਿਆਨਾਤ, ਝੂਠੇ ਲੈਟਰ ਔਰ ਝੂਠੀਆਂ ਤਸੱਲੀਆਂ ਦੇ ਕੇ ਹਮੇਸ਼ਾ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ। ਇਨਸ਼ਾਅੱਲਾ ਤਾਲਾ ਅਸੀਂ ਆਪਣਾ ਹੱਕ ਲੈ ਕੇ ਉੱਠਾਂਗੇ। ਜਿੰਨੇ ਦਿਨ ਸਾਨੂੰ ਮਹੀਨਾ 15 ਦਿਨ ਹਫ਼ਤਾ 20 ਰਹਿਣਾ ਪਿਆ, ਤਾਂ ਇਨਸ਼ਾਅੱਲਾ ਅਸੀਂ ਇੱਥੇ ਬੈਠਾਂਗੇ, ਅਸੀਂ ਆਪਣਾ ਹੱਕ ਲੈ ਕੇ ਜਾਵਾਂਗੇ, ਸ਼ਹਿਬਾਜ਼ ਸ਼ਰੀਫ ਦੇ ਗਲੇ 'ਚ ਫੰਦਾ ਪਾ ਕੇ ਜਾਵਾਂਗੇ। ਅਸੀਂ ਬੈਠੇ ਹਾਂ, ਆਪਣਾ ਹੱਕ ਲੈ ਕੇ ਜਾਣਾ। ਇਹਨਾਂ ਨੂੰ ਉਹਨਾਂ ਨੂੰ ਸ਼ਰਮ ਆ ਰਹੀ ਨੇ, ਉਹਨਾਂ ਦੇ ਦੇਸ਼ 'ਚ ਬੈਠੇ, ਸ਼ਹਿਰ 'ਚ ਬੈਠੇ ਹੈ, ਤਾਂ ਬੇਆਪ ਨੂੰ ਹੋ ਕੀਤਾ ਇਹਨਾਂ ਨੇ। ਸਾਨੂੰ ਸ਼ਰਮ ਨਹੀਂ ਆਉਂਦੀ, ਆਪਣੀ ਧੀਆਂ ਭੈਣਾਂ ਏਸੀਆਂ 'ਚ ਬੈਠੀਆਂ, ਅਸੀਂ ਸੜਕਾਂ 'ਤੇ ਬੈਠੇ ਨੇ, ਨਾ ਉਹਨਾਂ ਨੂੰ ਸਾਡੀ ਇੱਜ਼ਤ ਦੀ ਪਰਵਾਹ, ਨਾ ਸ਼ਰਮ ਆਇਆ, ਕੁਛ ਨਹੀਂ ਹੈਗਾ, ਕੰਮ ਲੈਂਦੇ ਨੇ ਛੁਰੀ ਦੀ ਨੋਕ 'ਤੇ। ਇਹਤਜਾਜ ਦੇ ਦੌਰਾਨ ਇੱਕ ਬੀਬੀ ਦੀ ਤਬੀਅਤ ਖਰਾਬ ਹੋਈ ਤੇ ਉਹਨੂੰ ਐਂਬੂਲੈਂਸ ਵਿੱਚ ਪਾ ਕੇ ਹਸਪਤਾਲ ਭੇਜ ਦਿੱਤਾ ਗਿਆ। ਇਸ ਦੇ ਬਾਵਜੂਦ ਬਾਕੀ ਬੀਬੀਆਂ ਆਪਣੇ ਹੱਕ ਵਾਸਤੇ ਡਟ ਕੇ ਬੈਠੀਆਂ ਨੇ। ਇਹਨਾਂ ਬੀਬੀਆਂ ਦਾ ਕਹਿਣਾ ਹੈ ਕਿ ਜੇ ਸਾਡੇ ਮੁਤਾਲਬੇ ਇਸ ਵਾਰੀ ਵੀ ਨਾ ਮੰਨੇ ਗਏ ਤੇ ਫਿਰ ਸਾਨੂੰ ਮਜਬੂਰਨ ਪੁਰਅਮਨ ਇਹਤਜਾਜ ਦਾ ਰਸਤਾ ਛੱਡ ਕੇ ਉਹ ਕੰਮ ਵੀ ਕਰਨਾ ਪਏਗਾ ਜਿਹੜਾ ਹੁਣ ਤੱਕ ਅਸੀਂ ਨਹੀਂ ਕੀਤਾ। ਪਹਿਲੇ ਅਸੀਂ ਇਹਤਜਾਜ ਕੀਤੇ ਨੇ, ਲੇਕਿਨ ਸਾਨੂੰ ਲਾਰੇ ਲਗਾ ਕੇ ਨਾ ਨੋਟੀਫਿਕੇਸ਼ਨ ਦੇ ਦਾਂਗੇ, 10 ਦਿਨ ਤੱਕ, 15 ਦਿਨ ਤੱਕ, 2 ਮਾਹ ਤੱਕ ਦੇ ਦੇਣ, ਇੰਝ ਕਰਦੇ ਸਨ, ਮਤਲਬ ਲਾਰੇ ਲਗਾ ਦਿੰਦੇ ਸੀ। ਸਾਡੇ ਵੀ ਲੀਡਰ ਜਿਹੜੇ ਨੇ ਉਸ ਗੱਲ 'ਤੇ ਆ ਜਾਂਦੇ, ਕਿਉਂਕਿ ਉਹ ਵੀ ਇਨਸਾਨ ਨੇ, ਕਹਿੰਦੇ ਨੇ ਇਨਸਾਨ ਹੀ, ਸਾਨੂੰ ਇਮਾਨ ਨਾਲ ਚਲੇ ਜਾਂਦੇ ਸਨ। ਲੇਕਿਨ ਹੁਣ ਤਾਂ ਸਾਡਾ ਇਹ ਅਜ਼ਮ ਹੈ, ਸਾਡੀ ਜਦੋਜਹਿਦ ਹੈ, ਸਾਡੀ ਕੋਸ਼ਿਸ਼ ਵੀ ਹੈ ਔਰ ਸਾਡੀ ਜ਼ਿੱਦ ਵੀ ਹੈ, ਠੀਕ ਹੈ, ਕਿ ਅਸੀਂ ਇਨਸ਼ਾਅੱਲਾ ਜਦੋਂ ਤੱਕ, ਸਾਨੂੰ ਸਾਡੀ ਲੀਡਰ ਦਾ ਕਹਿਣਾ ਹੈ ਕਿ 31 ਮਾਰਚ ਤੱਕ, ਜਸਟ 31 ਮਾਰਚ ਤੱਕ ਜੇ ਸਾਡੇ ਮਤਲਬ ਨੋਟੀਫਿਕੇਸ਼ਨ ਜਾਰੀ ਕਰਤਾ, ਠੀਕ ਹੈ, ਅਦਰਵਾਈਜ਼ ਫਿਰ ਅਸੀਂ ਮਤਲਬ ਨਜ਼ਬੋ ਜ਼ਬਤ ਦਾ ਮੁਜ਼ਾਹਰਾ ਤੋੜ ਕੇ ਉਸ ਤੋਂ ਬਾਅਦ ਦੂਸਰਿਆਂ ਮਤਲਬ ਨਿਕਲ ਆਵਾਂਗੇ। ਪੁਰਅਜ਼ਮ ਇਰਾਦੇ ਨਾਲ ਬੈਠੇ ਹੋਏ ਹਾਂ ਔਰ ਅਗਰ ਨੈਕਸਟ ਅਗਲੇ 8 ਦਿਨਾਂ ਤੱਕ ਵੀ ਸਾਡੇ ਮੁਤਾਲਬਾਤ ਇਹ ਨਹੀਂ ਮਨਜ਼ੂਰ ਕਰਦੇ ਤਾਂ ਅਸੀਂ ਇੱਥੇ ਇਸੇ ਤਰ੍ਹਾਂ ਹੀ ਬੈਠੇ ਰਵਾਂਗੇ, ਉਸ ਟਾਈਮ ਤੱਕ ਬੈਠੇ ਰਵਾਂਗੇ ਜਦੋਂ ਤੱਕ ਇਹ ਸਾਨੂੰ ਕੋਈ ਕਾਗਜ਼ ਦਾ ਪੁਰਜ਼ਾ, ਅਥੈਂਟਿਕ ਕਾਗਜ਼ ਦਾ ਪੁਰਜ਼ਾ ਨੋਟੀਫਿਕੇਸ਼ਨ ਨਹੀਂ ਦੇ ਦਿੰਦੇ। ਇਹ ਪੂਰੇ ਪੰਜਾਬ ਦੀਆਂ ਸ਼ੇਰਨੀਆਂ ਬੈਠੀਆਂ ਨੇ, ਨੈਸ਼ਨਲ ਪ੍ਰੋਗਰਾਮ ਦਾ ਪੂਰਾ ਪੰਜਾਬ ਇੱਥੇ ਬੈਠਾ ਹੋਇਆ ਹੈ ਔਰ ਮਜ਼ੀਦ ਕਾਫਲੇ ਰਾਸਤੇ 'ਚ ਨੇ, ਉਹ ਆ ਰਹੇ ਨੇ। ਇਨਸ਼ਾਅੱਲਾ ਤਾਲਾ ਇਹ ਜਿਤਨਾ ਸਾਨੂੰ ਅਜ਼ਮਾਣਗੇ ਸਾਡਾ ਕਾਫਲਾ ਓਨਾ ਹੀ ਵੱਧਦਾ ਜਾਏਗਾ। ਇਹਤਜਾਜ ਕਰਨ ਵਾਲੀ ਲੇਡੀ ਹੈਲਥ ਵਰਕਰਾਂ ਦੀਆਂ ਲੀਡਰਾਂ ਦੇ ਨਾਲ ਹਕੂਮਤ ਤੇ ਬਿਊਰੋਕਰੇਸੀ ਇਸ ਵਾਰੀ ਫਿਰ ਮਜ਼ਾਕਰਾਤ ਕਰ ਰਹੀ ਹੈ, ਦੂਜੇ ਲਫ਼ਜ਼ਾਂ ਵਿੱਚ ਇੱਕ ਵਾਰੀ ਫਿਰ ਕਿਸੇ ਜੁਗਾੜ ਦੇ ਚੱਕਰ ਵਿੱਚ ਹੈ। ਪਰ ਲੱਗਦਾ ਹੈ ਕਿ ਇਸ ਵਾਰੀ ਇਹ ਬੀਬੀਆਂ ਆਪਣੇ ਨਾਲ ਹੱਥ ਨਹੀਂ ਹੋਣ ਦੇਣਗੀਆਂ। ਸਾਡੇ ਹੁਕਮਰਾਨਾਂ ਦੀਆਂ ਆਪਣੀਆਂ ਔਲਾਦਾਂ ਤੇ ਏਸੀਆਂ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਸਾਨੂੰ ਭਾਸ਼ਣ ਚਾੜ ਰਹੀਆਂ ਨੇ, ਪਰ ਸਾਡੀ ਕੌਮ ਦੀਆਂ ਇਹ ਬੀਬੀਆਂ ਭੈਣਾਂ ਅੱਜ ਫਿਰ ਸੜਕ ਤੇ ਬੈਠੀਆਂ ਨੇ, ਤੇ ਇਹ ਕੋਈ ਪਹਿਲੀ ਵਾਰ ਨਹੀਂ, ਉਹ ਕਈ ਵਾਰ ਸੜਕ ਤੇ ਆ ਚੁੱਕੀਆਂ ਨੇ, ਆਪਣੇ ਮੁਤਾਲਬਾਤ ਪੰਜਾਬ ਹਕੂਮਤ ਨੂੰ ਪੇਸ਼ ਕਰ ਚੁੱਕੀਆਂ ਨੇ, ਲੇਕਿਨ ਪੰਜਾਬ ਹਕੂਮਤ ਹਰ ਵਾਰ ਇਹਨਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ ਟੋਰਦੀ ਰਹੀ ਹੈ। ਇਸ ਦਫਾ ਪੰਜਾਬ ਹਕੂਮਤ ਨੂੰ ਇਹਨਾਂ ਦੇ ਮੁਤਾਲਬਾ ਜ਼ਰੂਰ ਸੁਣਨੇ ਚਾਹੀਦੇ ਨੇ। ਕੈਮਰਾਮੈਨ ਜ਼ਸ਼ਾਨ ਭੱਟ ਦੇ ਨਾਲ ਅਸਗਰ ਅਲੀ, ਭੁਲੇਖਾ TV, ਲਾਹੌਰ।